ਅਕਸਰ ਖਾਣਾ ਖਾਂਦਿਆਂ ਬੰਦਾ ਖਾਣਾ ਖਾ ਰਿਹਾ, ਖਾਣਾ ਖਾਂਦਿਆਂ ਖਾਣੇ ਵਿੱਚੋਂ ਵਾਲ ਨਿਕਲ ਆਉਂਦਾ, ਉਹ ਮਰਦ ਦਾ ਹੋਵੇ ਜਾਂ ਔਰਤ ਦਾ ਵਾਲ ਹੋਵੇ, ਉਹਦਾ ਮਸਲਾ ਕੀ ਹੈ? ਕਿਆ ਉਹ ਖਾਣਾ ਖਾਣਾ ਜਾਇਜ਼ ਹੈ ਜਾਂ ਖਾਣਾ ਨਹੀਂ ਖਾਣਾ ਚਾਹੀਦਾ? ਵਾਲ ਨਿਕਲ ਆਇਆ ਖਾਣਾ ਖਾਂਦਿਆਂ ਦੌਰਾਨ, ਤਾਂ ਉਹਦਾ ਕੀ ਮਸਲਾ ਹੈ? ਇਹਨਾਂ ਚੀਜ਼ਾਂ ਦਾ ਹਰ ਮੁਸਲਮਾਨ ਨੂੰ ਪਤਾ ਹੋਣਾ ਚਾਹੀਦਾ। ਕਈ ਵਾਰੀ ਗਲਤ ਫਹਿਮੀ ਵਿੱਚ ਜਿਹੜਾ ਨਾ ਉਹ ਬੰਦਾ ਗਲਤ ਕੰਮ ਕਰ ਜਾਂਦਾ। ਅਗਰ ਕੁਝ ਲੋਕ ਐਸੇ ਹੁੰਦੇ ਨੇ, ਕੋਈ ਕਹਿੰਦੇ ਨੇ ਯਾਰ ਹੁਣ ਵਾਲ ਨਿਕਲ ਆਇਆ ਖਾਣੇ ਵਿੱਚੋਂ, ਤਾਂ ਅਸੀਂ ਇਹ ਖਾਣਾ ਨਹੀਂ ਖਾਣਾ, ਵਾਲ ਨਿਕਲ ਆਇਆ, ਸ਼ਰੀਅਤ ਕੀ ਕਹਿੰਦੀ ਹੈ, ਇਸਲਾਮ ਕੀ ਕਹਿੰਦਾ? ਅਗਰ ਖਾਣੇ ਦੇ ਅੰਦਰੋਂ ਵਾਲ ਨਿਕਲ ਆਏ ਤਾਂ ਤੁਸੀਂ ਉਹ ਵਾਲ ਬਾਹਰ ਕੱਢ ਦੇਣਾ। ਅਗਰ ਤੁਹਾਡਾ ਦਿਲ ਮੰਨੇ ਤਾਂ ਤੁਸੀਂ ਖਾਣਾ ਖਾ ਸਕਦੇ ਹੋ, ਸ਼ਰੀਅਤ ਮਨਾ ਨਹੀਂ ਕਰਦੀ। ਔਰ ਨਾ ਹੀ ਹੁਣ ਕੁਝ ਬੰਦੇ ਐਸੇ ਹੁੰਦੇ ਨਾ, ਕਿਸੇ ਕੋਲ ਜਹਿਲੀ ਬਾਬੇ ਕੋਲ ਟੁਰ ਜਾ ਉਹਨਾਂ, ਅਤੇ ਉਹ ਬੰਦੇ ਕਹਿਣ ਜੀ ਬੁੱਢੀਆਂ ਕਹਿੰਦੀਆਂ ਸਾਡੇ ਖਾਣੇ ਵਿੱਚੋਂ ਵਾਲ ਬੜੇ ਨਿਕਲਦੇ ਨੇ, ਉਹ ਅੱਗੋਂ ਪਤਾ ਕਿ ਸ਼ੱਕ ਪਾ ਦਿੰਦੇ, ਉਹ ਕਹਿੰਦੇ ਨੇ ਤੁਹਾਡੇ 'ਤੇ ਕਿਸੇ ਨੇ ਕੁਛ ਕੀਤਾ, ਇਹ ਤੁਹਾਡੇ ਖਾਣੇ 'ਚੋਂ ਜਿਹੜੇ ਵਾਲ ਨਿਕਲਦੇ ਪਏ ਨਾ, ਤੁਹਾਡੇ 'ਤੇ ਕਿਸੇ ਜਾਦੂ ਕੀਤਾ, ਤੁਹਾਡੇ 'ਤੇ ਕਿਸੇ ਟੂਣਾ ਕੀਤਾ। ਅਤੇ ਇਹ ਪੱਕੀ ਖਬਰ ਸੁਣ ਲਓ ਔਰ ਆਲਾ ਗੱਲ ਸੁਣ ਲਓ ਕਿ ਕਿਸੇ ਕੁਝ ਨਹੀਂ ਕੀਤਾ ਹੁੰਦਾ, ਵਾਲ ਡਿੱਗ ਪੈਂਦਾ, ਹੋ ਸਕਦਾ ਮਰਦ ਦਾ ਵਾਲ ਵੀ ਜਾਂ ਖਾਣਾ ਪਕਾਉਂਦਿਆਂ ਔਰਤ ਦਾ ਵਾਲ ਉਹ ਆਟੇ ਵਿੱਚ ਡਿੱਗ ਸਕਦਾ, ਸਾਲਣ ਵਿੱਚ ਡਿੱਗ ਸਕਦਾ, ਉਹਦਾ ਕੋਈ ਮਸਲਾ ਨਹੀਂ ਵੀ ਕਿਸੇ ਨੇ ਤੁਹਾਡੇ 'ਤੇ ਕੁਝ ਕੀਤਾ। ਇਹ ਗਲਤ ਫਹਿਮੀ ਆਪਣੇ ਦਿਲ ਵਿੱਚ ਨਹੀਂ ਪਾਣੀ ਕਿਸੇ ਦੇ ਕਹਿਣ 'ਤੇ ਵੀ, ਉਹ ਵਾਲ ਤੁਸੀਂ ਬਾਹਰ ਕੱਢ ਕੇ ਅਤੇ ਤੁਸੀਂ ਉਹ ਖਾਣਾ ਤਨਾਵਲ ਕਰ ਸਕਦੇ ਹੋ। ਖਾਣਾ ਹਰਾਮ ਨਹੀਂ ਹੁੰਦਾ ਜਾਂ ਖਾਣਾ ਉਹ ਗਲਤ ਨਹੀਂ ਹੋ ਜਾਂਦਾ, ਖਾਣਾ ਤੁਸੀਂ ਖਾ ਸਕਦੇ ਹੋ ਅਗਰ ਤੁਹਾਡੀ ਤਬੀਅਤ ਮੰਨੇ, ਅਗਰ ਤਬੀਅਤ ਨਾ ਮੰਨੇ ਤਾਂ ਫਿਰ ਤੁਹਾਡੀ ਆਪਣੀ ਮਰਜ਼ੀ ਹੈ। ਵੈਸੇ ਵਾਲ ਡਿੱਗਣ ਨਾਲ ਖਾਣਾ ਪਲੀਤ ਨਹੀਂ ਹੁੰਦਾ ਜਾਂ ਵਾਲ ਡਿੱਗਣ ਨਾਲ ਖਾਣਾ ਗਲਤ ਖਰਾਬ ਨਹੀਂ ਹੁੰਦਾ, ਖਾਣਾ ਠੀਕ ਹੁੰਦਾ। ਇਸ ਵਾਸਤੇ ਅਗਰ ਖਾਣੇ ਵਿੱਚ ਵਾਲ ਡਿੱਗ ਜਾਏ ਤਾਂ ਉਹਨੂੰ ਬਾਹਰ ਕੱਢ ਕੇ ਅਤੇ ਤੁਸੀਂ ਦੂਸਰਾ ਖਾਣਾ ਜਿਹੜਾ ਨਾ ਉਹ ਖਾ ਸਕਦੇ ਹੋ। ਇੰਝ ਨਹੀਂ ਕਰਨਾ ਵੀ ਉਹ ਜਿਹਦੇ ਵਿੱਚ ਵਾਲ ਡਿੱਗ ਪਿਆ ਅਤੇ ਕਈ ਬੰਦੇ ਉਹ ਖਾਣਾ ਦੂਸਰੇ ਨੂੰ ਦੇ ਕੇ ਨਾ ਅਤੇ ਆਪ ਹੀ ਦੂਸਰਾ ਲੈ ਲੈਂਦੇ ਨੇ, ਵੀ ਜਿਹੜੀ ਚੀਜ਼ ਆਪ ਹੀ ਪਸੰਦ ਨਹੀਂ ਉਹ ਕਿਸੇ ਨੂੰ ਦੇ ਛੱਡੀ ਅਤੇ ਜਿਹੜੀ ਆਪ ਹੀ ਪਸੰਦ ਹੈ ਉਹ ਖਾ ਲਈ। ਅਤੇ ਇਸ ਵਾਸਤੇ ਇਸਲਾਮ ਇਸ ਚੀਜ਼ ਤੋਂ ਮਨਾ ਕਰਦਾ। ਦੂਸਰੀ ਬਾਤ ਔਰ ਅਹਿਮ ਬਾਤ,